ਹਾਂਜੀ ਸਾਰੇ ਬਿਲਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਪਹਿਲਾਂ ਤੁਹਾਨੂੰ ਮਸ਼ੀਨ ਦੇ ਦਰਸ਼ਨ ਮੇਲੇ ਕਰਾਈਏ। ਕਹਿੰਦੇ ਵਾਹ ਜੀ ਵਾਹ, ਅੱਛਾ ਗੱਲਬਾਤ ਬਣਾਤੀ ਹੈ ਨਾ, ਗੱਲਬਾਤ ਮਿਹਨਤ ਬੋਲਦੀ ਹੈ। ਸਤਿ ਸ਼੍ਰੀ ਅਕਾਲ। ਸ੍ਰੀ ਅਕਾਲ ਜੀ ਸਾਰਿਆਂ ਨੂੰ। ਤਿਆਰੀ ਲੱਗਦੀ ਹੈ? ਸਤਿ ਸ਼੍ਰੀ ਅਕਾਲ ਜੀ। ਤਿਆਰੀ ਲੱਗਦੀ ਹੈ? ਤਿਆਰੀ ਲੱਗਦੀ ਹੈ। ਕੱਲ੍ਹ ਤੁਹਾਡੇ ਥਕਾਊਂਗਾ ਪੂਰੇ, ਫਿਰ ਮੈਂ ਨਾ ਆਪਣਾ ਨਾ ਉਹ ਰੱਖ ਲਈ ਗੱਦਾ ਗੁੱਦਾ ਜਾਂ ਕੋਈ, ਉਰਲੇ ਪਾਸੇ ਲੀਵਰਾਂ ਕੋਲੇ ਬੈਠਣਾ ਤਾਂ ਲੀਵਰਾਂ ਕੋਲੇ ਆਉਣਾ ਹੈ। ਕਹਿੰਦੇ ਸੋਨੀ ਨੇ, ਕਹਿੰਦਾ ਸੋਨੀ ਨੂੰ ਦੱਸ ਤੂੰ ਕਿੱਥੇ ਨੂੰ ਜਾਂਦਾ ਹੁੰਦਾ, ਕਹਿੰਦਾ ਕਿਹੜੇ ਕਿਹੜੇ ਰਾਤ ਨੂੰ, ਕਹਿੰਦਾ ਆਪਾਂ ਤਾਂ ਟੈਂਕੀ 'ਚ ਪੈ ਕੇ ਜਾਈਦਾ, ਟੈਂਕੀ 'ਚ ਪੈ ਕੇ ਵਾਜੀਦਾ, ਆਪਾਂ ਨੂੰ ਨਹੀਂ ਪਤਾ ਕਹਿੰਦਾ ਕਿਹੜਾ ਸਾਗਰ ਸੂਗਰ ਜਾਂਦਾ ਕੋਲ ਨੂੰ ਕਿਹੜਾ ਨਹੀਂ। ਅਤੇ ਚੱਲਿਆ ਜੀ ਹੁਣ ਮਸ਼ੀਨ 'ਚ ਤੇਲ ਪਾਉਣ, ਅਤੇ 2 ਦਿਨ ਹੋ ਗਏ ਦੇਖ ਲਓ ਮਿਹਨਤ ਮਸ਼ੀਨ 'ਤੇ ਇੰਨੀ ਹੋ ਰਹੀ ਹੈ। ਪਹਿਲਾਂ ਆਪਾਂ ਇੱਕ ਵਾਰ ਤੁਹਾਨੂੰ ਰਾਊਂਡ ਘੁਮਾ ਦਈਏ ਮਸ਼ੀਨ ਦਾ, ਅਤੇ ਡੀਜ਼ਲ ਚੱਲਿਆ ਭਰਾ, ਹੁਣ ਟੈਂਕੀ ਟੁੰਕੀ ਫੁੱਲ ਲਈਏ ਕਰਾ ਕੇ, ਕੱਲ੍ਹ ਨੂੰ ਮਸ਼ੀਨ ਜਾਣੀ ਹੈ ਆਪਣੀ ਹਰਿਆਣੇ ਰਿਸ਼ਤੇਦਾਰੀ 'ਚ ਜਾਣੀ ਹੈ। ਅਤੇ ਦੇਖੋ ਮਸ਼ੀਨ ਦੀ ਹੈ ਨਾ ਰੂਹ ਬਣਾਤੀ, ਕਿੰਨੇ ਮਤਲਬ ਖੁਸ਼ਕੀ ਇੰਨੀ ਹੋਈ ਵੀ ਤੀ, ਅਤੇ ਸੋਹਣੀ ਸੁਥਰੀ ਮਸ਼ੀਨ ਬਣਾਤੀ। ਡੀਜ਼ਲ ਦਾ ਕੱਪੜਾ ਚੰਗਾ ਰੱਖ ਰਿਹਾ, ਡੀਜ਼ਲ ਵਾਲਾ ਕੱਪੜਾ ਮਾਰਦੇ ਫਿਰ ਹੈ ਨਾ, ਸੰਧਿਆਈ ਜੀ ਚੱਕੀ ਗਈ ਹੈ ਨਾ, ਜਿੱਥੇ ਮਤਲਬ ਹਾਂ ਬਹੁਤ ਟਾਈਮ ਦੀ ਗੱਲਬਾਤ ਚੱਲਦੀ ਤੀ, ਕਹਿੰਦੇ ਆ ਜਾਇਓ ਆ ਜਾਇਓ, ਪਰ ਇਤਕੀ ਐਂ ਵੀ ਚੱਲ ਆਪਣੇ ਹਾਲੇ ਲੇਟ ਆ ਕੰਮ, ਉਹਦੇ ਕਰਕੇ ਲਾਏ ਆਪਣੇ 5-7 ਦਿਨ ਜਿਹੜੇ ਲੱਗਦੇ ਆ। ਚੱਲੀਏ ਫਿਰ, ਓਕੇ ਰੱਖਦਾ ਸਿਲੰਡਰ ਉੱਪਰ ਅੱਗ ਬੁਝਾਊ ਯੰਤਰ, ਤੇ ਕਟਰਵਾ ਨੂੰ ਚਿੰਬੜੇ ਮੈਂ ਯੋਧੇ, ਦੇਖੋ ਯੋਧੇ ਹਾਂ ਕਟਰ ਬਾਰ ਕਰੇ।
ਬਸ ਕਢਾ ਦੇ ਟੀਸੀਆਂ ਕੱਢ ਦੋ ਟੀਸੀਆਂ ਚਲਾ ਲੈ ਖੁੱਲਾ ਹੀ ਆ ਹੈ ਨਾ ਬਹੁਤ ਠੀਕ ਚੱਕ ਦੇ ਵੀ ਅੱਛਾ ਖੁਸ਼ਕੀਆਂ ਕਿਹਦਾ ਚਲਾ ਲੈ ਹੁਣ ਇਹਨੇ ਬੰਦ ਹੋ ਜਾਣਾ ਨੀ ਅੱਛਾ ਚੱਲ ਗਈ ਕਿਸੇ ਨੇ ਆਵਾਜ਼ ਬੂਜੀ ਕਰੀ ਇਹਨੇ ਹਾਂ ਦੱਗ ਗਿਆ ਉੱਠ ਜਿਹੜਾ ਬੜਾ ਪੰਪ ਆਪਣੇ ਵਾਲਾ ਆਇਓ ਪੈਂਦਾ ਤੇਲ ਉਹਦੇ ਨਾਲ ਵੀ ਜਿਹੜਾ ਗੇੜਨੇ ਵਾਲਾ ਇੰਨੀ ਛੇਤੀ ਉਹ ਪੰਪ ਤੇਲ ਉੱਠਦਾ ਉਹਦੇ ਨਾਲ ਵੀ ਪਰ ਬੰਦੇ ਦਾ ਇੰਜਣ ਕਰ ਦਿੰਦਾ ਜੇ ਕਿਤੇ ਮਤਲਬ ਸੀਜ਼ਨ ਤੋਂ ਬਾਅਦ ਚਾਚਾ ਮਸ਼ੀਨਰੀ ਦੀ ਇੰਨੀ ਸੰਭਾਲ ਹੋਈ ਜਾਵੇ ਨਾ ਜਿਵੇਂ ਹੁਣ ਚਮਕਦੀ ਹੈ ਤਾਂ ਦੁੱਗਣੀ ਲਾਈਫ ਵੱਧ ਜਾਂਦੀ ਹੈ ਲੋਹੇ ਦੀ ਕਿ ਨਹੀਂ ਹੁਣ ਜਿੱਥੇ ਆਪਾਂ ਨੂੰ ਪਤਾ ਹੱਥ ਹੁਣ ਚੰਗੀ ਤਰ੍ਹਾਂ ਮੇਰੀ ਸੁਣ ਗੱਲ ਆਪਾਂ ਮੰਨ ਲਾ ਵੀ ਹੁਣ ਲੀਲੇ ਫੇਰੀਏ ਇਹਦੇ ਪਰ ਡੀਜ਼ਲ 'ਚ ਭਿਉਂ ਕੇ ਆਪਾਂ ਨੂੰ ਕਿਤੇ ਕੋਈ ਟੁੱਟ ਪਾਣਾ ਸਾਰੀ ਪਤਾ ਲੱਗ ਜਾਂਦੀ ਹੈ ਹਨਾ ਜਦ ਹੱਥ ਫੇਰੀ ਕਰਨੀ ਹੋਣੀ ਆਪਾਂ ਮਸ਼ੀਨਰੀ ਦੀ ਫਿਰ ਪਤਾ ਨਹੀਂ ਲੱਗਦਾ ਆਪਾਂ ਨੂੰ ਅੱਛਾ ਕਚਰਾ ਮੈਨੂੰ ਲੱਗ ਰਿਹਾ ਹੈ ਕਚਰਾ ਜਿਹਾ ਕਿਆ ਹੈ ਬੁਲਬਲੇ ਨਹੀਂ ਸਾਡਾ ਇਹਦਾ ਕਚਰਾ ਤਾਂ ਨਹੀਂ ਉੱਠਦਾ ਮੇਰਾ ਆਈਡੀਆ ਵੀ ਇਹਦੇ ਵਿੱਚ ਪਊਗਾ 22-23 ਹਜ਼ਾਰ ਦਾ ਹੱਦ 25 ਦਾ ਹਾਂ ਚੱਲਣ ਦੇ ਪਾ ਦੇ ਖੜ ਗਈ ਪੂਰਾ 23,856 ਰੁਪਈਆਂ ਦਾ ਪੈ ਗਿਆ 23 ਦਾ ਪੈ ਗਿਆ ਜਣੀ ਮੰਨ ਲਾ 273 ਲੀਟਰ ਹੈ ਨਾ 300 ਵੀ ਪੂਰਾ ਨਹੀਂ ਪਿਆ ਫਿਰ ਹੈਗਾ ਤਾਂ ਇਹਦਾ ਮਤਲਬ 20 ਕੁ ਲੀਟਰ ਹੈ ਨਾ 20-25 ਲੀਟਰ ਇਹਦੇ 'ਚ 300 ਲੀਟਰ ਤਾਂ ਪੈ ਜਾਂਦਾ ਇਹਦੇ 'ਚ ਪੂਰਾ ਜਣੀ ਮਤਲਬ ਆ ਕਾਰਡ ਸਾਹਿਬ ਤੂੰ ਆਪਣੇ ਕੋਲ 300 ਲੀਟਰ ਟੈਂਕੀ 'ਚ ਆ ਜਾਂਦਾ ਹੁਣ ਵਾਲੀ ਛੋਟੀ ਕਰਤੀ ਟੈਂਕੀ ਨਵੀਆਂ ਕੰਬਾਈਨਾਂ ਦੀ ਕਈਆਂ ਦੀ ਫਿਰ ਐਂ ਹੌਸਲਾ ਜਿਹਾ ਵੀ ਰਹਿੰਦਾ ਯਾਰ ਘੱਟ 'ਚ ਟੈਂਕੀਆਂ ਕਰਾ ਲਿਆ ਫੁੱਲ ਸਵੇਰੇ ਪਾ ਦੇਣੇ ਖਰੂ ਹਨਾ ਪ੍ਰੋਗਰਾਮ ਕੋਈ ਨਹੀਂ ਰਜਾਤਾ ਬਸ ਅਚਨਚੇਤ ਜਿਹੀ ਬਣਿਆ ਅਚਾਨਕ ਜਿਹੀ ਬਣਿਆ ਕਈ ਸਾਲਾਂ ਦੀ ਸਾਡੀ ਗੱਲਬਾਤ ਹੋਈ ਜਾਂਦੀ ਮੈਂ ਛੱਡ ਯਾਰ ਕੀ ਕਰਨਾ ਐਤਕੀ ਉੱਧਰ ਕਣਕਾਂ ਪਹਿਲਾਂ ਨਾ ਆਪਣੇ ਨਾਲੋਂ ਮੈਂ ਚੱਲ ਆਏ ਉਹਨੇ 5-7 ਦਿਨ ਘਰ ਘਰ ਦੀ ਆ 2-3 ਘਰਾਂ ਦੀ ਆ ਹਾਂ ਸਹੀ ਗੱਲ ਹੈ ਰੱਖ ਲਈ ਪੁਰਾਣੇ ਰੱਖ ਤੇ ਮੈਂ ਇਹਦੇ ਚ ਜਿਹੜੇ ਕੱਢੇ ਵੀ ਹੁਣ 15 ਪੀਸ ਰੱਖ ਦੇ ਘੱਟੋ ਘੱਟ ਨਹੀਂ ਕੰਮ ਕਰਾਉਣਾ ਮੇਰਾ 6,999 ਰੁਪਏ 7 ਪੈਸੇ ਮੈਨੂੰ ਦੇ ਦੋ ਫਿਰ ਮੈਂ ਚੱਲਾਂ ਕਿਆ ਹੋ ਗਿਆ
ਕਰੇਗਾ ਸਾਰੇ ਇਹ ਚੱਲ ਇਹਦੇ ਹੁਣ ਕੱਪੜਾ ਮਾਰ ਪੈਣਾ ਤੂੜੀ ਵਾਲੀ ਮਸ਼ੀਨ ਦੀ ਮੈਂ ਵੀਡੀਓ ਪਾਈ ਤੀ ਚਾਰ ਪੰਜ ਕੁ ਦਿਨ ਪਹਿਲਾਂ ਕਿਰਾਏ ਤੇ ਦੇਣ ਵਾਸਤੇ ਤੇ ਸ਼ਿੰਦੇ ਨੇ ਕਰਤੀਆਂ ਵਧਾਈਆਂ ਫਿਰ ਹੜਦਾ ਨਹੀਂ ਸਭ ਕੱਢੀ ਜਾਂਦਾ ਆਹ ਮਸ਼ੀਨ ਦਾ ਸੌਦਾ ਮਰਾਤਾ ਵਿੱਚੇ ਵਾਧੇ ਘਾਟੇ ਕਰਾ ਤੇ ਸ਼ਿੰਦੇ ਦੇ ਹੈ ਨਾ ਸ਼ਿੰਦੇ ਪਸੰਦ ਆ ਪੂਰੀ ਚੀਜ਼ ਅਤੇ ਉਹ ਪੁਲੀਆਂ ਤੈਨੂੰ ਹੁਣ ਲਿਆ ਕੇ ਦੇ ਦੇਣੀ ਇੱਕ ਦੋ ਦਿਨ 'ਚ ਕੱਲ੍ਹ ਨੂੰ ਸਵੇਰੇ ਅੱਬਲ ਮੈਂ ਕੱਲ੍ਹ ਨੂੰ ਹੀ ਆ ਜਾਣਗੀਆਂ ਬਚਾ ਕੇ ਜਿੱਦੇ ਆਹ ਟਾਪੇ ਦਾ ਫਰਕ ਕਿੰਨਾ ਹੈ ਨਾ ਰੰਗ ਦਾ ਲੱਗ ਜਾਣਾ ਨਾ ਟੌਰ ਲੱਗਦੀ ਇਹਦੇ ਨਾਲ ਮਸ਼ੀਨ ਦਾ ਇਹ ਤਾਂ ਮੈਂ ਕਹਿੰਦਾ ਬਹੁਤ ਸਾਲ ਹੋ ਗਏ ਦੇਖ ਰੰਗ ਦਾ ਕਿੰਨਾ ਫਰਕ ਆ ਨਾ ਜੀ ਉਹ ਜਿਮੀਦਾਰ ਆ 740 ਟਾਪੇ ਦਾ ਰੰਗ ਦਾ ਲਓ ਜੀ ਸਾਰਾ ਸਮਾਨ ਆ ਗਿਆ ਪੁਲੀਆਂ ਇਹਦੀਆਂ ਸਵੇਰੇ ਆਉਣਗੀਆਂ 16-9 ਦੀ ਪੁਲੀ ਹੈ ਜਿਹੜੀ ਆਹ ਪਿਛਲੀ 9 ਦੀ ਹੈ ਮੁੰਡੇ ਵਾਲੀ 16 ਦੀ ਅਤੇ ਇੱਕ ਆਹ ਸਾਈਡ ਵਾਲੀ ਪੁਲੀ ਇਹ ਸਵੇਰੇ ਆਉਣਗੀਆਂ ਬੈਲਟਾਂ ਤਾਂ ਆ ਗਈਆਂ ਹੈ ਨਾ ਸਿੰਦੇ ਇਹ ਉੱਧਰ ਬਾਈ ਕੋਲ ਹੈ ਜਿਹਦੇ ਕੋਲ ਪਿਛਲੇ ਸਾਲ ਕਿਰਾਏ ਦਿੱਤੀ ਧੋਤੀ ਵੀ ਮੈਂ ਬਣ ਜਾਣੀ ਨਵੀਂ ਅਤੇ ਇੱਧਰ ਰਾਣੀ ਕਰਤੀ ਤਿਆਰ ਟੈਂਕੀ ਭਰਾ ਲਿਆ ਸੀ ਤੁਸੀਂ ਦੇਖਿਆ ਸੀ ਵਲੌਗ 'ਚ ਆਹ ਦੇਖੋ ਕਵਰ ਲਾਤਾ ਆਹ ਮੈਂ ਕਹਿੰਦਾ ਮਜ਼ਬੂਤੀ ਬਣਾ ਛੱਡੀ ਹੈਂ ਆਹ ਦੇਖ ਲਾ ਟਾਇਰਾਂ ਪਿੱਛੇ ਉੱਦਣ ਅਸੀਂ ਕਿੱਥੇ ਤੱਕ ਘੁੰਮ ਕੇ ਆਏ ਸੰਗਰੂਰ ਥੀ ਸੰਗਰੂਰ ਹੁਣ ਤੂੰ ਕਹੇਂਗਾ ਵੀ ਨੇੜੇ ਤੇੜੇ ਤੁਹਾਨੂੰ ਟਾਇਰ ਮੈਂ ਤੈਨੂੰ ਉਹੀ ਗੱਲ ਕਹਿਆ ਵੀ ਨੇੜੇ ਤੇੜੇ ਇਹੋ ਜਿਹੇ ਰਿਮ ਨਹੀਂ ਮਿਲੇ ਨੇੜੇ ਤੇੜੇ ਫਿਰ ਤੁਸੀਂ ਕਹਿੰਦੇ ਰਿਮ ਨਹੀਂ ਮਿਲੇ ਚੱਲ ਵਧੀਆ ਯਾਰ ਠੀਕ ਆ ਤੇ ਸ਼ਿੰਦੇ ਨੂੰ ਮੁਬਾਰਕਾਂ ਜੀ ਤੂੜੀ ਵਾਲੀ ਮਸ਼ੀਨ ਦੀਆਂ ਐਤਕੀ ਪਾ ਦੇ ਬਲੇਟੇ ਗਾਣੇ ਹੈ ਕਿਹਦੇ ਗਾਣੇ ਚਾਚਾ ਨਾਮ ਨਹੀਂ ਲੈਂਦੇ ਆਪਾਂ ਹੈਂ ਹਾਂ ਇਹਦਾ ਤਾਂ ਮੇਰੇ ਕੋਲ ਥੋੜ੍ਹਾ ਬਹੁਤਾ ਸਮਾਨ ਪਿਆ ਜਿਹੜੇ ਦੀ ਵੀ ਤੈਨੂੰ ਸੀਜ਼ਨ 'ਚ ਲੋੜ ਪਈ ਆਪਣਾ ਜਦ ਮਰਜ਼ੀ ਆ ਕੇ ਲੈ ਜੀ ਸਾਈਡ ਸੂਡ ਵਾਲੀ ਯਾਰ 8 GB ਸ਼ਾਇਦ ਪਈ ਹੈ ਗੇਅਰ ਗੂਰ ਪਿਆ ਜੇ ਗੇਅਰ ਤੈਂ ਲੈਣਾ ਹੋਇਆ ਲੈ ਲਈ ਨਹੀਂ ਮੈਂ ਕਿਸੇ ਨੂੰ ਚੁਕਾ ਦੂੰਗਾ ਉਹ ਗੇਅਰ ਆਪਣੇ ਕੋਲ ਕਿਸੇ ਕੰਮ ਨਹੀਂ ਹੈਗਾ ਹੋਰ ਉਹ ਸੇਮ ਆਈ ਚੀਜ਼ ਹੈ ਹਾਂ 57 ਇੰਚੀ ਵਾਲੀ ਗੇਅਰ ਆ ਉਹ ਠੀਕ ਹੈ ਨਾ ਅਤੇ ਹੋਰ ਸਿੰਧਿਆ ਜਾ ਹੁਣ ਚਾਹ ਪਾਣੀ ਪਈ ਜਾਂਦਾ ਸਵੇਰੇ ਪਾਵਾਂਗੇ ਜੀ ਚਾਲੇ ਤੂੰ ਵੱਡੀ ਕੰਬਾਈਨ ਲੈ ਕੇ ਝੰਡੀ ਝੁੰਡੀ ਬੰਨਤੀ ਦੇਖੋ ਚਲਾ ਕੇ ਲਿਆਣਗੇ ਸਾਹਿਬ ਜੀ ਮੈਂ ਤੈਨੂੰ ਦਊਂਗਾ ਗੇੜਾ ਉੱਥੇ ਚਲਾ ਲਈ ਲਾ ਲਈ ਚੌ ਜਿਹੜਾ ਚੌਣ ਲਾਉਣਾ ਉੱਥੇ ਹੈ ਨਾ ਵੀ ਇਹਨੂੰ ਸਾਈਡ 'ਤੇ ਇਹਨੂੰ ਕਹਿਤਾ ਵੀ ਸਰਾਣਾ ਸਰੂਣਾ ਲੈ ਲਈ ਲੀਵਰਾਂ ਕੋਲ ਆਪਣਾ ਕੰਫਰਟੇਬਲ ਜਾ ਕੇ ਬਹਿ ਜੀ ਲੀਵਰ ਫੜ ਕੇ ਬਹਿ ਜੀ ਦੌਰ ਨਾਲ ਟੈਨਸ਼ਨ ਕਰਦੇ ਹੋ ਤਾਂ ਸੀਟ ਮਿਲੀ ਵੀ ਆਪਣੀ ਕਨੈਕਟਰ ਸੀਟ ਕੋਈ ਨਾ ਖੋਲ ਦਿੰਦੇ ਆ ਹੁਣ ਕਿਤੇ ਮੇਰੇ ਵਾਲੀ ਵੀ ਨਾ ਕਹਿੰਦੀ ਵੀ ਅੱਜ ਵੀ ਖੋਲੀ ਆਪਾਂ ਓਕੇ ਚਾਚਾ ਠੀਕ ਆ ਨਹੀਂ ਕੁਛ ਲਿਆਉਣਾ ਖਾਣ ਪੀਣ ਨੂੰ ਕਿੱਥੇ ਜਾਣਾ ਅਸੀਂ ਲਿਆਉਣੇ ਕੁਛ ਖਾਣ ਪੀਣ ਨੂੰ ਇੰਨੀ ਕੁ ਨਾਲ ਨੀ ਕੁਛ ਬਣਨਾ ਚਾਚਾ ਹੁਣੇ ਉਹਨੇ ਟਰੈਕਟਰ ਲੈ ਕੇ ਆਇਆ ਮੋਟਰ ਆਏ ਥੋੜੀ ਹੁੰਦਾ ਚਾਚਾ ਜਾਂ ਤਾਂ ਪੰਡ ਸਾਰਾ ਹਾਜ਼ਰੀ ਦੀ ਕਰ ਘਰ ਨੂੰ ਆ ਜਾ ਫਿਰ ਹੁਣ ਇੱਥੇ ਥੋੜੀ ਹੁਣ
ਪਾਲਟੀ ਪਾਲਟੀ ਆ ਛੇ ਡੋਰੀ ਅੱਜ ਝੰਡੀ ਅੱਜ ਲਈਆਂ ਕਰੂਗਾ ਤੂੰ ਵੀ ਸਾਈਕਲ ਆਵੇ ਲੱਗ ਗਿਆ ਵੀ ਚਾਚੇ ਨੂੰ ਲੰਘਣ ਨੀ ਦੇਣਾ ਚਾਚੇ ਨੂੰ ਘੇਰ ਲਿਆ ਦੇਖ ਲਾ ਜੋਨੀ ਸਾਹਿਬ ਜਾਂ ਤਾਂ ਲਿਆ ਪਾਰਟੀ ਆਪਣਾ ਜੀ ਜਾਣਾ ਹੁਣ ਹੋਰ ਉਹੀ ਤਾਂ ਗੱਲ ਹੈ।